ਮਾਲਵਾ ਬੈਡਲੀਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਂਟਰਾਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਪੰਜਾਬ ਪੁਲਿਸ ਕਨਸਟੇਬਲ ਦੀਆਂ ਪਰਤੀਆਂ ਦੇ ਐਗਜ਼ਾਮ ਬਹੁਤ ਹੀ ਦੂਰ ਨਹੀਂ ਗਏ ਬਸ ਥੋੜੇ-ਬਹੁਤੇ ਦਿਨਾਂ ਤੱਕ ਤੁਹਾਨੂੰ ਅਲਰਟ ਆਨੇ ਸ਼ੁਰੂ ਹੋ ਜਾਣੇ ਹੈ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਜ਼ਰੀਏ ਵੀ ਦੱਸਿਆ ਸੀ ਵੀ ਜੁਲਾਈ ਮਹੀਨਾ ਇੱਕ ਤੁਹਾਡੇ ਇਹੋ ਜਿਹਾ ਮਹੀਨਾ ਹੋਊਗਾ ਜਿਸ ਦੇ ਵਿੱਚ ਤੁਹਾਨੂੰ ਅਲਰਟ ਵੇਖਣ ਨੂੰ ਮਿਲ ਸਕਦੇ ਨੇ ਤੁਹਾਡੇ ਐਗਜ਼ਾਮ ਦੇ ਸ਼ਿਫਟਾਂ ਦੇ ਆਉਣ ਦੇ ਜਿਹੜੇ ਕਹਿੰਦਾ ਪਬਲਿਕ ਤੋਂ ਤੁਹਾਡੀਆਂ ਐਗਜ਼ਾਮ ਦੀਆਂ ਸ਼ਿਫਟਾਂ ਸ਼ੁਰੂ ਹੋਣ ਵੇ ਬਹੁਤ ਸਾਰੇ ਬੱਚਿਆਂ ਨੂੰ ਅੱਜ ਮੈਂ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਜਾ ਰਿਹਾ ਤੇ ਕਿਰਪਾ ਕਰਕੇ ਮੈਂ ਬੇਨਤੀ ਇਹ ਕਰੂੰਗਾ ਵੀ ਤੁਸੀਂ ਸਕਰੀਨ ਤੇ ਤਾਂ ਥੋੜਾ ਬਹੁਤਾ ਧਿਆਨ ਰੱਖਣਾ ਹੀ ਰੱਖਣਾ ਹੈ ਜਿਆਦਾ ਤੁਸੀਂ ਮੇਰੀ ਗੱਲਾਂ ਤੇ ਉੱਪਰ ਧਿਆਨ ਰੱਖਿਓ ਗੌਰ ਕਰਿਓ ਕਿਉਂਕਿ ਇੱਕ ਇੱਕ ਗੱਲ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਮੈਂ ਨਹੀਂ ਚਾਹੁੰਦਾ ਕਿ ਕਿਸੇ ਮੇਰੇ ਵੀਰ ਭੈਣ ਭਰਾ ਦਾ ਕੋਈ ਲਾਸ ਹੋਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰਾਂਗੇ ਵੀ ਪੰਜਾਬ ਪੁਲਿਸ ਦੀ ਜੇਕਰ 2023 ਦੀ ਗੱਲ ਕਰੀਏ ਆਪਣੇ 6 ਅਗਸਤ ਦੇ ਲਗਭਗ ਕਰੀਪ ਪੇਪਰ ਸ਼ੁਰੂ ਹੋਏ ਸੀਗੇ ਠੀਕ ਹੈ ਜੀ 2023 ਦੇ ਅਕੋਰਡਿੰਗ ਮੈਂ ਤਾਂ ਕੰਪੇਅਰ ਕਰ ਰਿਹਾ ਤਾਂ ਕਿ ਤੁਹਾਨੂੰ ਜਲਦੀ ਹੀ ਸਾਰੀਆਂ ਗੱਲਾਂ ਸਮਝ ਲੱਗ ਸਕੇ ਠੀਕ ਹੈ ਤੇ ਲਗਭਗ 25 ਸਤੰਬਰ ਤੱਕ ਇਹ ਸਾਰਾ ਕਰਾਈਟੇਰੀਆ ਚੱਲਿਆ ਸੀ ਤੁਹਾਡੇ ਸਾਹਮਣੇ ਮੈਂ ਡੇਟਸ ਸਾਰੀਆਂ ਹਾਈਲਾਈਟਡ ਕੀਤੀਆਂ ਹੋਈਆਂ ਐਗਜ਼ਾਮ ਦਾ ਜਿਹੜਾ 6 ਅਗਸਤ ਤੋਂ ਸ਼ੁਰੂ ਹੋਇਆ ਸੀ ਤੇ ਸਤੰਬਰ ਦੇ 25 ਤੱਕ ਇਹ ਕੰਮ ਚੱਲਿਆ ਸੀ ਠੀਕ ਹੈ ਜੀ ਬਹੁਤ ਸਾਰੇ ਬੱਚਿਆਂ ਨੇ ਪੇਪਰ ਦਿੱਤਾ ਤੇ ਸ਼ਿਫਟਾਂ ਦੇ ਅਕੋਰਡਿੰਗ ਇਹਨਾਂ ਦਾ ਪੇਪਰ ਲਿਆ ਗਿਆ ਸੀ ਹਨਾ ਜੀ ਚਲੋ ਸਾਰਿਆਂ ਨੂੰ ਪਤਾ ਹੁਣ ਵੀ ਬਹੁਤ ਸਾਰੇ ਪੈਂਟਰਾਂ ਬੰਨੇ ਦੇਖਿਆ ਹੋਊਗਾ ਕਿ ਇੱਕ ਐਗਜ਼ਾਮ ਜਦੋਂ ਕੰਡਕਟ ਹੁੰਦਾ ਜਿਵੇਂ ਕਿ ਮੰਨ ਲਓ ਆਪਣੇ ਹੀ ਸਟੇਜ 1 ਹੈਗੀ ਆ ਸਟੇਜ 1 ਦੇ ਵਿੱਚ 100 ਨੰਬਰ ਦਾ ਪੇਪਰ ਹੁੰਦਾ ਸਟੇਜ 2 ਦੇ ਵਿੱਚ 50 ਨੰਬਰ ਦਾ ਜਿਹੜਾ 100 ਨੰਬਰ ਦਾ ਪੇਪਰ ਹੁੰਦਾ ਉਹ 2 ਘੰਟੇ ਦਾ ਹੁੰਦਾ ਹੁਣ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੇ ਧਿਆਨ ਦਿਓ 2 ਘੰਟੇ ਦੇ ਵਿੱਚ ਤੁਹਾਡੇ ਕੋਲ ਸਮਾਂ ਹੁਣ ਕੀ ਹੁੰਦਾ ਵੀ ਤੁਹਾਡਾ ਐਗਜ਼ਾਮ ਜਿਹੜਾ ਹੈਗਾ ਇਹਨਾਂ ਵਿੱਚੋਂ ਪਾਇਆ ਜਾਂਦਾ ਠੀਕ ਹੈ ਹੁਣ ਮੈਨੂੰ ਨਹੀਂ ਪਤਾ ਕਿਹੜਾ ਬੱਚਾ ਕਿਵੇਂ ਪੇਪਰ ਸਟਾਰਟ ਕਰਦਾ ਹੈ ਕਿਵੇਂ ਨਹੀਂ ਠੀਕ ਹੈ ਮੈਂ ਤੋਂ ਪਹਿਲਾਂ ਸ਼ੁਰੂ ਕਰਦਾ ਹੈ ਰੀਜ਼ਨਿੰਗ ਤੋਂ ਸ਼ੁਰੂ ਕਰਦਾ ਹੈ ਜਾਂ ਇੰਗਲਿਸ਼ ਪੰਜਾਬੀ ਤੋਂ ਕਿਉਂਕਿ ਹਰ ਬੱਚੇ ਦਾ ਆਪਣਾ ਆਪਣਾ ਆਈਕਿਊ ਹੈ ਆਪਣੇ ਅਕੋਰਡਿੰਗ ਉਹ ਪੇਪਰ ਦੀ ਸ਼ੁਰੂਆਤ ਕਰਦਾ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਕੋਲ 2 ਘੰਟੇ ਦਾ ਸਮਾਂ ਉਹ ਸਮਾਂ ਹੁੰਦਾ ਜਿਸ ਤੁਹਾਡੀ ਤਕਦੀਰ ਉਥੇ ਪਰਖੀ ਜਾਂਦੀ ਹੈ ਤੇ ਤੁਹਾਡੀ ਨੌਲੇਜ ਜੋ ਤੁਸੀਂ ਮਿਹਨਤ ਹੁਣ ਕਰ ਰਹੇ ਹੋ ਠੀਕ ਹੈ एग्जाम ਪੈਟਰਨ ਹੁਣ ਇਹਦੇ ਵਿੱਚ ਕੀ ਹੋ ਰਿਹਾ ਵੀ ਤਿੰਨ ਸ਼ਿਫਟਾਂ ਦੇਣ ਦੀਆਂ ਲੱਗਣਗੀਆਂ ਤਿੰਨ ਜਾਂ ਦੋ ਕਿਉਂਕਿ ਤਿੰਨ ਘੰਟੇ ਦਾ ਜਾਂ ਤਿੰਨ ਜਾਂ ਚਾਰ ਘੰਟੇ ਦਾ ਆਪਾਂ ਮੰਨ ਕੇ ਚੱਲੀਏ ਪੇਪਰ ਹੁੰਦਾ ਜੇਕਰ ਇੱਕ ਦਿਨ ਦੇ ਵਿੱਚ ਦੋ ਸ਼ਿਫਟਾਂ ਲੱਗਦੀਆਂ ਇਸ ਦਾ ਮਤਲਬ ਪੇਪਰ 4 ਘੰਟੇ ਦਾ ਹੋ ਸਕਦਾ ਹੈ ਕਾਰਨ ਕੀ ਹੈ ਦੋਸਤੋ ਵੀ ਪਿੱਲੇ 1 ਘੰਟੇ ਦੇ ਵਿੱਚ ਤੁਹਾਨੂੰ ਸਰ ਅੱਧੇ ਘੰਟੇ ਜਾਂ ਘੰਟੇ ਵਿੱਚ ਤੁਹਾਨੂੰ ਪਹਿਲਾਂ ਰਿਪੋਰਟਿੰਗ ਟਾਈਮ ਤੇ ਪਹੁੰਚਣਾ ਹੁੰਦਾ ਹੈ ਨਾ ਸਾਰੇ ਮੇਰੇ ਵੀਰਪੰਨਪਰਾਵ ਨੂੰ ਸਾਰੀ ਐਂਟਰੀ ਹੁੰਦੀ ਹੈ ਤੁਹਾਡੀ ਐਂਟਰੀ ਕਿੱਥੇ ਹੁੰਦੀ ਹੈ ਤੁਹਾਡੀ ਆਹ TCS ਸੈਂਟਰਾਂ ਦੇ ਵਿੱਚ ਹੈ ਨਾ ਬਹੁਤ سارے ਬੱਚੇ ਤੁਸੀਂ ਜਾਣਦੇ ਹੋ 1 ਘੰਟਾ ਕੁ ਪਹਿਲਾਂ ਕੀ ਹੁੰਦਾ ਤੁਹਾਡਾ ਐਡਮਿਟ ਕਾਰਡ ਚੈੱਕ ਹੁੰਦੇ ਲਾਈਨ ਦੇ ਵਿੱਚ ਖੜਦੇ ਹੋ ਤੁਸੀਂ ਫਿਰ ਸਕੈਨ ਹੋ ਕੇ ਤੁਹਾਨੂੰ ਨੰਬਰ ਦੱਸਿਆ ਜਾਂਦਾ ਤੁਸੀਂ ਕਿਹੜੇ ਬਲਾਕ ਦੇ ਵਿੱਚ ਜਾਣਾ ਹੈ ਕਿੰਨੇ ਨੰਬਰ ਸੀਟ ਹੈ ਤੁਹਾਡੀ ਠੀਕ ਹੈ ਉਹ ਚਲੋ ਅਲੱਗ ਗੱਲ ਹੈ ਆ ਸਾਰੇ ਵੀਰਪੰਨਪਰਾਵ ਜਿੱਥੇ ਜਿਹੜੇ ਨਹੀਂ ਗਏ ਉਹਨਾਂ ਨੂੰ ਪਤਾ ਲੱਗ ਜਾਵੇ ਇਸ ਸામਨੇ ਸਕਰੀਨ ਤੇ ਮੈਂ ਦਿਖਾ ਦਿੰਦਾ ਤੇ ਬਾਕੀ ਹੋਰ ਵੀ ਇੰਦੀ ਇਨਫੋਰਮੇਸ਼ਨ ਮੈਂ ਆਲਰੇਡੀ ਪਾ ਚੁੱਕਾ ਵੀटीसीਆ ਸੈਂਟਰ ਦੇ ਅੰਦਰ ਕਿਹੋ ਜਿਹਾ ਮਾਹੌਲ ਹੁੰਦਾ ਉਹ ਤੁਸੀਂ ਦੇਖ ਸਕਦੇ ਹੋ ਮੇਰੇ YouTube ਚੈਨਲ ਉੱਤੇ ਪਈਆਂ ਹੋਈਆਂ ਬਾਕੀ ਦੋਸਤੋ ਦੇਖੋ ਇਸ ਤੁਸੀਂ ਦੌਰ ਦੇ ਵਿੱਚ ਦੇਖੋ ਤੁਹਾਡੇ ਕੋਲ ਪਹਿਲਾ ਜਿਹੜਾ 1 ਘੰਟਾ ਹੁੰਦਾ ਮਤਲਬ ਪੇਪਰ ਦਾ ਜੋ ਸ਼ੁਰੂਆਤ ਹੁੰਦਾ ਉਸ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਤਕਲੀਫਾਂ ਨੂੰ ਤੁਹਾਨੂੰ ਦੇਖਣਾ ਪੈਂਦਾ ਹੈ ਪਹਿਲਾਂ ਤਾਂ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਤੁਹਾਡ ਨੂੰ ਬੈਠਣ ਲਈ ਸੀਟ ਦਿੱਤੀ ਜਾਂਦੀ ਹੈ ਜਦੋਂ ਸੀਟ ਤੇ ਤੁਸੀਂ ਬੈਠ ਜਾਂਦੇ ਹੋ ਉਸ ਤੋਂ ਬਾਅਦ ਪੇਪਰ ਦੀ ਸ਼ੁਰੂਆਤ ਹੁੰਦੀ ਹੈ ਹੁਣ ਉਸ ਦੇ ਨਾਲ ਨਾਲ ਤੁਸੀਂ ਦੇਖੋ ਦੋਸਤੋ ਬਹੁਤ ਸਾਰੇ ਤੁਹਾਡੇ ਨਾਲ ਦੇ ਵੀਰ ਭੈਣ ਭਰਾ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਹਨ ਜੀ ਵੀ ਆਪਾਂ ਇੱਕ ਦੂਜੇ ਨਾਲ ਇਕੱਠੇ ਬੈਠੇ ਹੁੰਨੇ ਪੇਪਰ ਦੀ ਸ਼ੁਰੂਆਤ ਤੋਂ ਪਹਿਲਾਂ ਮਗਰ ਜਦੋਂ ਪੇਪਰ ਸ਼ੁਰੂ ਹੋ ਜਾਂਦਾ ਉਦੋਂ ਵੀਰ ਭੈਣ ਭਰਾ ਸਾਰੇ ਆਪਣੇ ਕੰਨ ਦਾ ਪਵ ਆਪਣੇ ਆਪਣੇ ਪੇਪਰ ਦੇ ਵਿੱਚ ਧਿਆਨ ਦੇਣ ਲੱਗ ਜਾਂਦੇ ਆ ਸੋ ਉਸ ਤੋਂ ਵੀ ਇੰਪੋਰਟੈਂਟ ਜ਼ਿਆਦਾ ਕੰਮ ਇਹ ਹੈ ਦੋਸਤੋ ਵੀ ਜਿਹੜਾ ਐਗਜ਼ਾਮ ਹੈ ਐਗਜ਼ਾਮ ਦੇ ਪੈਟਰਨ ਦੇ ਵਿੱਚ ਹੁਣ ਤੁਹਾਨੂੰ ਇਹ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਕਿ ਜੇਕਰ ਤੁਸੀਂ ਹੁਣ ਪੇਪਰ ਦੇਣ ਜਾ ਰਹੇ ਹੋ ਮਤਲਬ ਸਵੇਰੇ ਵੀ ਪੇਪਰ ਦੇਣਾ ਹੈ ਇੱਕ ਸ਼ਾਮੀ ਵੀ ਦੇਣਾ ਤੇ ਕੀ ਪਤਾ ਤਿੰਨ ਸ਼ਿਫਟਾਂ ਲੱਗ ਜਾਣ ਬਹੁਤ ਸਾਰੇ ਬੱਚਿਆਂ ਨੇ ਮੈਨੂੰ ਪੁੱਛਿਆ ਵੀ ਸਰ ਜੇਕਰ ਪੇਪਰ ਤਿੰਨ ਸ਼ਿਫਟਾਂ 'ਚ ਹੁੰਦਾ ਹੈ ਫਿਰ ਕਿਤੇ ਇਦਾਂ ਨਾ ਹੋਵੇ ਸਾਡੀ ਸਿਲੈਕਸ਼ਨ ਰਹਿ ਜਾਵੇ ਤੇ ਉਹਨਾਂ ਦੀ ਹੋ ਜਾਵੇ ਜਿਹੜੇ ਵੀਰਪੈਣ ਭਰਾ ਮਤਲਬ ਕਿ ਪੇਪਰ ਵਧੀਆ ਸੋਖਾ ਦੇ ਕੇ ਆਏ ਨੇ ਕਿਉਂਕਿ ਸ਼ਿਫਟਾਂ ਦੇ ਅਕੋਰਡਿੰਗ ਪੇਪਰ ਦਾ ਲੈਵਲ ਵੀ ਡਿਫਰੈਂ ਹਨ ਜੀ ਸਵੇਰੇ ਸ਼ਿਫਟ ਦਾ ਜਿਹੜਾ ਹੈਗਾ ਪੇਪਰ ਸੋਖਾ ਹੁੰਦਾ ਹੈ ਕਾਮ ਦੀ ਸ਼ਿਫਟ ਦਾ ਔਖਾ ਹੁੰਦਾ ਥੋੜਾ ਜਿਆ ਇਸ ਕਰਕੇ ਮੈਂ ਪਹਿਲਾਂ ਤਾਂ ਤੁਹਾਨੂੰ ਇਹ ਹੀ ਮਨ ਦੇ ਵਿੱਚ ਡਾਊਟ ਕਰ ਦਵਾਂ ਵੀ ਜਦੋਂ ਆਪਾਂ ਕਾਂਸਟੇਬਲ ਦਾ ਪੇਪਰ ਦਿੰਨੇ ਆ ਠੀਕ ਹੈ ਜੀ ਜਿਵੇਂ ਕਿ ਆਪਾਂ ਮੰਨ ਲਵੋ ਕਾਂਸਟੇਬਲ ਦਾ ਪੇਪਰ ਹਰੇਕ ਨੂੰ ਇੱਕੋ ਪੇਪਰ ਇੱਕ ਸਿਲੇਬਸ ਦੇ ਵਿੱਚੋਂ ਪਾਇਆ ਜਾਊਗਾ ਠੀਕ ਹੈ ਦੂਸਰੀ ਗੱਲ ਹੈ ਜੇਕਰ ਸ਼ਿਫਟ ਦੇ ਬੇਸ ਦੇ ਅਕੋਰਡਿੰਗ ਆਂਦਾ ਠੀਕ ਹੈ ਜੀ ਹੁਣ ਦੇਖੋ ਸ਼ਿਫਟਾਂ ਦੇ ਬੇਸ ਦੇ ਅਕੋਰਡਿੰਗ ਤੁਹਾਡਾ ਉਹੀ ਸਿਲੇਬਸ ਰਹੂਗਾ ਜਿਹੜਾ ਸਿਲੇਬਸ ਉਹਨਾਂ ਨੇ ਬੜਿਆ ਹੁਣ ਦੂਸਰ ਤੁਹਾਡਾ ਨੰਬਰ ਕ੍ਰਾਈਟੇਰੀਆ ਵੀ ਸੇਮ ਰਹਿਣਾ ਹੈ ਆ ਤੁਹਾਡੇ ਸਾਹਮਣੇ ਮੈਂ ਦਿੱਤਾ ਆ ਠੀਕ ਹੈ ਹੁਣ ਨੰਬਰ ਕ੍ਰਾਈਟੇਰੀਆ ਜੇਕਰ ਸੇਮ ਹੈ ਤਾਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਪੇਪਰ ਤੁਸੀਂ ਪਾਸ ਕਰ ਸਕਦੇ ਹੋ ਜਿਹੜਾ ਪੇਪਰ ਸੋਖਾ ਹੋਊਗਾ ਉਹ ਪਾਸ ਕਰ ਜੂਗਾ ਤੇ ਦੂਸਰਾ ਬੱਚਾ ਨਹੀਂ ਕਰ ਪਾਊਗਾ ਦੋਸਤੋ ਸਾਰੀ ਗੱਲ ਆਂਦੀ ਹੈ ਨਾਰਮਲਾਈਜੇਸ਼ਨ ਦੇ ਉੱਤੇ ਤੁਹਾਡੇ TCS ਡਿਪਾਰਟਮੈਂਟ ਵੱਲੋਂ ਜਦੋਂ ਪੇਪਰ ਲਿੱਤਾ ਜਾਂਦਾ ਹੈ ਉਹਨਾਂ ਵੱਲੋਂ ਆਲਰੇਡੀ ਅਥਾਰਾਈਜ਼ ਕਿੰਨੇ ਕਹਿੰਦਾ ਪਾ ਅਥਾਰਟੀ ਜਿਹੜੀ ਹੁੰਦੀ ਆ ਉਹਨਾਂ ਨੂੰ ਕਿਹਾ ਜਾਂਦਾ ਵੀ ਪੇਪਰ ਦਾ ਲੈਵਲ ਤੁਹਾਡੇ ਅਕੋਰਡਿੰਗ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿੰਦਾ ਪਾ ਪਿਛਲੇ ਪੇਪਰਾਂ ਨੂੰ ਵੇਖ ਪਰਖ ਕੇ ਤੁਸੀਂ ਪਾ ਸਕਦੇ ਹੋ ਐਗਜ਼ਾਮੀਨਰਸ ਨੂੰ ਠੀਕ ਹੈ ਤੇ ਬਟ ਜੇਕਰ ਤੁਸੀਂ ਐਗਜ਼ਾਮ ਦਾ TCS ਦਾ ਲੈਵਲ ਪਿਛਲੇ ਸਾਲ ਵੇਖਿਆ ਹੋਊਗਾ ਜਦੋਂ ਤੁਸੀਂ ਬੈਠੇ ਹੋਗੇ ਉਸ ਦੇ ਵਿੱਚ ਤੁਹਾਨੂੰ ਮਿਕਸ ਅਪ ਜੇ ਕਹਿੰਦਾ ਪਾ ਕੁਸ਼ਨ ਵੇਖਣ ਨੂੰ ਮਿਲਿਆ ਵੀ ਨਾ ਬੱਚੇ ਦੀ ਸਮਝ ਆ ਰਹੀ ਵੀ ਕਿੱਥੋਂ ਕਿੱਥੋਂ ਪੇਪਰ ਪਾਇਆ ਹਰ ਦੋਸਤੋ ਉਸ ਦੇ ਵਿੱਚ ਨਵੇਂ ਐਡਬ ਚੈਪਟਰ ਇਹਨਾਂ ਨੇ ਖੁਦ ਨਹੀਂ ਕੀਤੇ ਜਿਹੜੀ ਕਿ ਸਬ ਇਨਸਪੈਕਟਰ ਦੇ ਵਿੱਚ ਚੈਪਟਰ ਹੈ ਉਹਨਾਂ ਨੂੰ ਵੀ ਵਿੱਚ ਐਡਬ ਕੀਤਾ ਵੀ ਤਾਂ ਕਿ ਬੱਚਿਆਂ ਨੂੰ ਓਵਰঅল ਪੇਪਰ ਮਿਲ ਸਕੇ ਬਸ ਲੈਵਲ ਉਹਨਾਂ ਨੇ ਪਲੱਸ 2 ਬੇਸਡ ਬੇਸ ਦਾ ਹੀ ਰੱਖਿਆ ਸੀ ਐ ਨਹੀਂਗਾ ਵੀ ਕੌਨਸਟੇਬਲ ਦਾ ਪੇਪਰ ਹੈ ਤੇ ਸਬ ਇਨਸਪੈਕਟਰ ਲੈਵਲ ਦੇ ਕੁਐਸਚਨ ਪਾਈ ਹੁਣ ਹਾਂ ਚੈਪਟਰ ਜ਼ਰੂਰ ਨਵਾਂ ਪਾ ਦਿੱਤਾ ਕਿਉਂਕਿ ਉਹ ਕਾਰਨ ਇਹ ਸੀ ਕਿਉਂਕਿ TCS ਕੋਲ ਜਿਹੜੇ ਹੈਗਾ ਸਿਲੇਬਸ ਇੱਕੋ ਜਿਹਾ ਹੀ ਜਾਂਦਾ ਹੈ ਪੈਟਰਨ ਦਾ ਠੀਕ ਹੈ ਹੁਣ ਦੂਸਰੀ ਗੱਲ ਹੈ ਦੋਸਤੋ ਵੇਟੇਜ ਤੁਸੀਂ ਖੁਦ ਦੇਖੋ ਨੰਬਰਾਂ ਦੀ ਕੀ ਹੈ ਤੇ ਉਸ ਦੇ ਅਕੋਰ ਉਸ ਤੋਂ ਵੀ ਇੰਪੋਰਟੈਂਟ ਗੱਲ ਤੁਹਾਡੇ ਲਈ ਇਹ ਹੈ ਵੀ ਸ਼ਿਫਟਾਂ ਦੇ ਕੋਡਿੰਗ ਤੁਹਾਡੇ ਨਾਲ ਕੋਈ ਵਾਧ ਘਾਟ ਨਹੀਂ ਹੋਊਗੀ ਪਿਛਲੀ ਵਾਰ ਕੀ ਹੋਇਆ ਸੀ 6 ਤੋਂ ਲੈ ਕੇ 20 ਅਗਸਤ ਤੱਕ ਪੇਪਰ ਬਹੁਤ ਔਖਾ ਵੇਖਣ ਨੂੰ ਮਿਲਿਆ ਸੀਗਾ ਮਗਰ ਦੋਸਤੋ 6 ਤੋਂ 20 ਤੋਂ ਔਖਾ 6 ਅਗਸਤ ਤੋਂ ਲੈ ਕੇ 20 ਅਗਸਤ ਤੱਕ ਜੇਕਰ ਔਖਾ ਮਿਲਿਆ ਸੀ ਉਸ ਤੋਂ ਬਾਅਦ ਭਗਵੰਤਮਾਨ ਜੀ ਵੱਲੋਂ ਇੱਕ ਬੇਨਤੀ ਕੀਤੀ ਗਈ ਸੀ ਵੀ ਬੱਚਿਆਂ ਨਾਲ ਥੋੜਾ ਜਿਹਾ ਕਹਿਣ ਦਾ ਪਾਵ ਸਮਝੋਤਾ ਇਹ ਕੀਤਾ ਜਾਵੇ ਵੀ ਬੱਚਿਆਂ ਨੂੰ ਥੋੜਾ ਨੋਰਮਲ ਲੈਵਲ ਦਾ ਪੇਪਰ ਪਰ ਫਿਰ ਵੀ ਮੋਡਰੇਟ ਲੈਵਲ ਦਾ ਪੇਪਰ ਵੇਖਣ ਨੂੰ ਮਿਲਿਆ ਸੋ ਇਸੇ ਕਰਕੇ ਮੈਂ ਕਹਾਂਗਾ ਕਬਰਾਨ ਦੀ ਲੋੜਨੀ ਜਿਹੜੇ ਕਨਸਟੇਬਲ ਦੇ ਜਿਹੜੇ ਇਹ ਪੇਪਰ ਹੈ ਉਸ ਦੇ ਵਿੱਚ ਸਮੇਸ਼ਾ ਸਿਲੇਬਸ ਉਹੀ ਪਾਇਆ ਜਾਂਦਾ ਜਿਹੜਾ ਕਿ ਆਪਾਂ ਨੂੰ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਆਲਰੇਡੀ ਬਹੁਤ ਸਾਰੇ ਹੋਰ ਪੇਪਰਾਂ ਨੂੰ ਵੀ ਦਿੱਤਾ ਜਾਂਦਾ ਠੀਕ ਹੈ ਜੀ ਕੰਪੀਟੀਟਿਵ ਇਗਜ਼ਾਮ ਦਾ ਮਤਲਬ ਹੀ ਇਹ ਹੁੰਦਾ ਵੀ ਤੁਹਾਨੂੰ ਇੱਕ ਸਿਲੇਬਸ ਜਿਹੜਾ ਰੱਖ ਦਿੱਤਾ ਜਾਊਗਾ ਜਿਹੜਾ ਕਿ ਚਾਹੇ ਕਿਸ ਪੰਜਾਬ ਪੁਲਿਸ ਸਬ ਇੰਸਪੈਕਟਰ ਹੈ ਹੈਡ ਕਨਸਟੇਬਲ ਹੈ ਸਬ ਇਨ ਆਪਣਾ ਐਸਆਈ ਪੇਪਰ ਹੈ ਤੁਸੀਂ ਸਾਰੇ ਨੇ ਉਹੀ ਸਿਲੇਬਸ ਕਰਨਾ ਹੈ ਜਿਹੜਾ ਕਿ ਆ ਮੋਸਟਲੀ ਹਰੇਕ ਇੰਸਟੀਟਿਊਟ ਆਪਾਂ ਨੂੰ ਜਦੋਂ ਆਪਾਂ ਲਾਨਨੇ ਕਲਾਸੇ ਉਦੋਂ ਕਰਾਉਂਦੇ ਆ ਠੀਕ ਹੈ ਬਾਕੀ ਹਾਂ ਤੁਹਾਡੇ ਤੁਸੀਂ 10th 2 ਕੀਤੀ ਹੈ ਤੁਹਾਡੇ ਇਹ ਚੈਪਟਰ ਆਲਰੇਡੀ ਕੀਤੇ ਹੁੰਦੇ ਆ ਟਾਈਮ ਐਂਡ ਡਿਸਟੈਂਸ ਵਾਲਾ ਟਾਈਮ ਐਂਡ ਵਰਕ ਵਾਲਾ ਜਾਂ ਫਿਰ ਹੋਰ ਜੇ ਸਿੰਪਲੀਫਿਕੇਸ਼ਨ ਇਹਨਾਂ ਇਸ ਤਰ੍ਹਾਂ ਦੇ ਚੈਪਟਰ ਆਲਰੇਡੀ ਕੀਤੇ ਹੁੰਦੇ ਸੋ ਇਸੇ ਕਰਕੇ TCS ਡਿਪਾਰਟਮੈਂਟ ਜਿਹੜਾ ਪੇਪਰ ਪਾਉਂਦੀ ਆ ਉਹ ਇਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਪਾਉਂਦੀ ਆ ਵੀ ਇਹ ਬੇਸਿਕ ਚੀਜ਼ਾਂ ਤਾਂ ਆਲਰੇਡੀ ਬੱਚਿਆਂ ਨੂੰ ਆਉਂਦੀਆਂ ਹੁੰਦੀਆਂ ਠੀਕ ਹੈ ਤੇ ਇਹਨਾਂ ਸੋਥੀ ਉਹ ਵੀ ਪੇਪਰ ਤੁਹਾਨੂੰ ਉਸੇ ਉਸੇ ਸਿਲੇਬਸ ਤੋਂ ਹੋਊਗਾ ਜਿਹੜਾ ਠੀਕ ਹੈ ਜੀ ਹੁਣ ਸਟੈਟਿਕ ਜੀਕੇ ਬਹੁਤ ਸਾਰੇ ਬੱਚੇ ਸੋਚਦੇ ਆ ਸਟੈਟਿਕ ਜੀਕੇ ਕੀ ਹੈ ਸਟੈਟਿਕ ਜੀਕੇ ਨੂੰ ਵੇਖ ਕੇ ਬਹੁਤ ਸਾਰੇ ਬੱਚੇ ਪਤਾ ਕੀ ਸੋਚਦੇ ਆ ਵੀ ਜਿਹੜੀ ਆਪਾਂ ਕਹਿਣ ਦਾ ਭਾਵ ਡੇਲੀ ਰੂਟੀਨ ਦੇ ਪੰਜਾਬ ਜੀਕੇ ਪੜ੍ਹਦੇ ਹੋਹੀ ਆ ਦੋਸਤੋ ਸਟੈਟਿਕ ਜੀਕੇ ਕੁਝ ਵੀ ਹੋ ਸਕਦੀ ਆ ਹੁਣ ਜਿਵੇਂ ਮੰਨ ਲਓ ਕੋਈ ਹਿਸਟੋਰੀਕਲ ਗਾਰਡਨ ਦੀ ਗੱਲ ਚੱਲ ਰਹੀ ਆ ਅੱਜਕੱਲ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਾਰਡਨ ਲੈ ਲਵੋ ਤੁਹਾਡੇ ਘਰ ਦੇ ਨੇੜੇ ਕੋਈ ਹਿਸਟੋਰੀਕਲ ਗਾਰਡਨ ਹੈ ਐਗਜ਼ਾਮਪਲ ਲਾ ਲੈਣਾ ਉਹ ਗਾਰਡਨ ਦੀ ਹੈ ਜੇਕਰ ਕਦੇ ਕੁਐਸਚਨ ਨਹੀਂ ਆਇਆ ਤੇ ਇੱਕੋਦਮ ਉਹਨਾਂ ਨੇ ਇਹ ਕੁਐਸਚਨ ਤੇ ਅਰਾਇ ਉਹ ਹਿਸਟਰੀ ਦਾ ਗਾਰਡਨ ਹੋਊਗਾ ਕਿਸੇ ਨੇ ਬਣਵਾਇਆ ਹੋਊਗਾ ਕਿਸੇ ਮੰਨ ਲਓ ਲੋਧੀ ਸ਼ਾਸਕ ਨੇ ਬਣਾਇਆ ਹੋਇਆ ਉਹ ਗਾਰਡਨ ਕਦੇ ਆਪਣੀ ਪਹਿਚਾਣ ਚ ਨਹੀਂ ਆਇਆ ਸੀ ਬਟ ਉਹ ਕਿਸੇ ਨਾ ਕਿਸੇ ਨਿਊਜ਼ ਵਿੱਚ ਵੇਖਣ ਨੂੰ ਮਿਲਿਆ ਸੀ ਪਿਛਲੇ ਇੱਕ ਮਹੀਨੇ ਜਾਂ ਲੀਡ ਮਹੀਨੇ ਪਹਿਲਾਂ ਐ ਸੋਚ ਲਵੋ ਉਹ ਕੁਐਸਚਨ ਤੁਹਾਨੂੰ ਅਰਾਈਜ਼ ਹੋ ਸਕਦਾ ਹੈ ਤੁਹਾਡੇ ਕੁਐਸਚਨਾਂ ਦੇ ਵਿੱਚ ਸੋ ਇਸੇ ਕਰਕੇ ਨਵੇਂ ਕਰੰਟ ਅਫੇਅਰ ਦੇ ਨਾਲ ਥੋੜਾ ਬੋਤਾ ਜੁੜ ਕੇ ਰਹੋ ਆਲੇ ਦੁਆਲੇ ਦੀ ਚੀਜ਼ਾਂ ਦੇਖੋ ਵੀ ਕਿਹੜੀਆਂ ਚੀਜ਼ਾਂ ਨਵੀਆਂ ਅਰਾਈਜ਼ ਹੋ ਰਹੀਆਂ ਉਹ ਸਟੈਟਿਕ ਜੀਕੇ ਨੂੰ ਜਿਹੜੀਆਂ ਕਿ ਲੈ ਕੇ ਜਾਂਦੀ ਹੈ ਬਾਕੀ ਪੇਪਰ ਦੇ ਵਿੱਚ ਤੋਂ ਬਹੁਤ ਨਿਗਰਾਨੀ ਹੁੰਦੀ ਹੈ ਤੁਹਾਡੇ ਉੱਪਰ ਟੀਚਰਸ ਦੀ ਵੀ ਨਿਗਰਾਨੀ ਹੋਊਗੀ ਤੁਹਾਨੂੰ ਹੈਲਪ ਕਰਨ ਲਈ ਉਹ ਦੱਸਣਗੇ ਵੀ ਆਹ ਪੇਜ ਲੈ ਲਓ ਇਦਾਂ ਤੁਸੀਂ ਕਰ ਸਕਦੇ ਹੋ ਸਿਰ ਦੇ ਉੱਤੇ 10-10 ਕੈਮਰੇ ਲੱਗੇ ਹੋਣਗੇ ਇੱਕ ਇੱਕ ਬੱਚਾ ਨੋਟੇ ਨੋਟ ਦੇ ਵਿੱਚ ਹੋਗਾ ਹਲ-ਹਲ ਮਾੜੀ ਜੀ ਹੈਲਜੋਲ ਵੀ ਤੁਹਾਨੂੰ ਤੰਗ ਕਰ ਸਕਦੀ ਹੈ ਤੁਹਾਡਾ ਪੀਸੀ ਆਫ ਹੋ ਸਕਦਾ ਹੈ ਤੁਹਾਡੇ ਪੀਸੀ ਦੇ ਜਿਹੜਾ ਉਹ ਬੰਦ ਕਰ ਸਕਦੇ ਨੇ ਇਗਜ਼ਾਮ ਨੂੰ ਉਸੇ ਦੌਰਾਨੀ ਜੇਕਰ ਤੁਸੀਂ ਆਲੇ-ਦੁਆਲੇ ਤੋਂ ਨਕਲ ਮਾਰਦੇ ਫੜੇ ਜਾਣੀਓ ਠੀਕ ਹੈ ਦੋ ਗੱਲਾਂ ਇਹ ਆ ਠੀਕ ਹੈ ਬਹੁਤ سارے ਬੱਚੇ ਇਹ ਹੀ ਸੋਚਦੇ ਹੁੰਦੇ ਵੀ ਮੈਂ ਪੰਜਾਬੀ ਤੇ ਇੰਗਲਿਸ਼ ਮੈਂ ਨਾਲ ਦੇ ਆਂਡੀ ਗਵੰਡੀ ਤੋਂ ਪੁੱਛ ਕੇ ਕਰ ਲੂੰਗਾ ਤੇ ਬਾਕੀ ਚੀਜ਼ਾਂ ਮੈਂ ਜਿਹੜੀਆਂ ਹੈਗੀਆਂ ਵੇਖ ਲੂੰਗਾ ਉਸ ਤਰੀਕੇ ਨਾਲ ਦੋਸਤੋ ਪਲੀਜ਼ ਇਹ ਚੀਜ਼ਾਂ ਨਾ ਕਰਿਓ ਤੁਹਾਡੇ ਸਾਹਮਣੇ ਮੈਂ ਫੋਟੋ ਵੀ ਦਿਖਾ ਰਿਹਾ ਵੀ ਇਸ ਤਰ੍ਹਾਂ ਟੀਚਰਸ ਤੁਰਦੇ ਫਿਰਦੇ ਰਹਿੰਦੇ ਆ ਇਹ ਤਾਂ ਹਜੇ ਕੁਝ ਨਹੀਂ ਇਦੋਂ ਵੀ ਦੁੱਗਣਾ ਮਾੜਾ ਹਾਲ ਹੁੰਦਾ ਤੁਹਾਡੇ ਸਾਰੇ ਕੈਂਡੀਡੇਟਸ ਦਾ ਗਰਮੀ ਵੀ ਹੁੰਦੀ ਹੈ ਉਸ TCS ਦਾ ਸੈਂਟਰ ਦੇ ਵਿੱਚ ਉਤੋਂ ਆਸੇ ਪਾਸੇ ਟੀਚਰਸ ਦਾ ਫਿਰਨਾ ਉਪਰੋਂ ਕੈਮਰੇ ਦਾ ਬੋਝ ਲਗਭਗ ਤੁਸੀਂ ਇੱਕ ਬਹੁਤ ਹੀ ਕੰਜੈਸਟਡ ਏਰੀਆ ਦੇ ਵਿੱਚ ਬੈਠ ਕੇ ਪੇਪਰ ਦੇ ਰਹੇ ਹੋ ਨੇ ਉਸ ਵੇਸੇ ਕਰਕੇ ਮੈਂ ਕਹਿ ਰਿਹਾ ਆਪਣੀ AC ਤੋਂ ਬਿਨਾ ਤਿਆਰੀ ਕਰਿਓ AC ਤੋਂ ਬਿਨਾ ਤਿਆਰੀ ਕਰੋਗੇ ਤੁਹਾਡਾ ਦਿਮਾਗ ਵੀ ਉਸ ਤਰ੍ਹਾਂ ਮੋਡਰੇਟ ਰਹੂਗਾ ਉਸੇ ਤਰ੍ਹਾਂ ਲੈਵਲ ਤੇ ਖੜਾ ਰਹੂਗਾ ਤੇ ਉਸੇ ਤਰ੍ਹਾਂ ਤੁਸੀਂ ਤਿਆਰੀ ਉੱਥੇ ਜਾ ਕੇ ਪੇਪਰ ਵਧੀਆ ਦੇ ਸਕੋਗੇ ਠੀਕ ਹੈ ਸੋ ਅੱਗੇ ਮੈਂ ਅਪੀਲ ਕਰੂੰਗਾ ਇਹ ਹੀ ਵੀ ਜਿਹੜੇ ਬੱਚੇ ਤਾਂ ਉਮੀਦ ਕਰਕੇ ਇਹ ਚੱਲੇ ਆ ਵੀ ਮੈਂ ਪੀਪਰ ਐਟ ਕੀ ਪਾਸ ਕਰਨਾ ਹੈ ਦਾ ਜਾਂ ਕੁਆਲੀਫਾਈ ਕਰਨਾ ਹੈ ਉਹ ਬੱਚੇ ਵੈਲੈਂਟ ਗੁੰਡਾ ਜਿਹੜੇ ਬੱਚੇ ਇਹ ਸੋਚ ਕੇ ਚੱਲੇ ਆ ਵੀ ਸਿਲੇਬਸ ਬਾਹਰੋਂ ਆ ਗਿਆ ਤਾਂ ਕੁਝ ਕਹਿ ਨਹੀਂ ਸਕਦੇ ਦੋਸਤੋ ਸਿਲੇਬਸ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਵੇਟੇਜ ਦੇਖਣੀ ਹੈ ਪੀਪਰ ਦੇ ਕੁਐਸਚਨ ਦੀ ਜਿਵੇਂ 2 ਘੰਟਿਆਂ ਦੇ ਵਿੱਚ ਤੁਸੀਂ ਕਿਹੜਾ ਸਬਜੈਕਟਰ ਨੂੰ ਪਹਿਲਾਂ ਰੱਖਣਾ ਜੇ ਮੈਥ ਤੁਹਾਨੂੰ ਔਖਾ ਲੱਗਦਾ ਉਸ ਨੂੰ ਲਾਸਟ ਤੇ ਰੱਖੋ ਰੀਜ਼ਨਿੰਗ ਸੌਖੀ ਲੱਗਦੀ ਹੈ ਉਸ ਨੂੰ ਪਹਿਲ ਤੇ ਰੱਖ ਲਓ ਵੱਡੇ ਵੱਡੇ ਮਤਲਬ ਪਹਿਲੇ 30 ਮਿੰਟ ਦੇ ਵਿੱਚ ਜਾਂ 20 ਮਿੰਟ ਦੇ ਵਿੱਚ ਜਿੰਨੇ ਮਿੰਟ ਤੁਹਾਡੇ ਕੋਲ ਲੱਗਦੇ ਆ ਰ 10 ਜਾਂ 15 ਮਿੰਟ ਦੀ ਖੇਡ ਹੁੰਦੀ ਆ ਉਹ ਕਿਵੇਂ ਹੁੰਦੀ ਆ ਜੇਕਰ ਤੁਸੀਂ ਕੋਸ਼ਣਾਂ ਨੂੰ ਪੜ੍ਹ ਕੇ ਦੱਸਦੇ ਹੋ ਅਨਸਰ ਠੀਕ ਹੈ ਜਾਂ ਗਲਤ ਹੈ ਬਾਕੀ ਤੁੱਕਾ ਵੀ ਲਾ ਸਕਦੇ ਹੋ 네ਗੇਟਿਵ ਮਾਰਕਿੰਗ ਹੈ ਨਹੀਂ ਠੀਕ ਹੈ ਜੀ ਤੇ ਉਸ ਤੋਂ ਵੀ ਅਗਲੀ ਗੱਲ ਦੋਸਤੋ ਇਹ ਹੈ ਇੰਗਲਿਸ਼ ਤੇ ਪੰਜਾਬੀ ਤੇ ਪਲੀਜ਼ 20 ਮਿੰਟ ਵੱਧ ਲੱਗ ਜਾਣ ਬਟ ਸਹੀ ਕਰਕੇ ਆਈਓ ਕਿਉਂਕਿ ਉਹਨਾਂ ਵਿੱਚੋਂ ਹੀ ਪੂਰੇ ਬਟਾ ਪੂਰੇ ਨੰਬਰ ਲੈਣੇ ਹੁੰਦੇ ਆ ਇੰਗਲਿਸ਼ ਪੰਜਾਬੀ ਤੇ ਜੀ ਕੇ ਇਹ ਤਿੰਨ ਜਿਹੜੇ ਚੀਜ਼ਾਂ ਹੈਗੀਆਂ ਇਹਨਾਂ ਨੂੰ ਸੋਰਸ ਸਮਝ ਕੇ ਕਰਿਓ ਇਹਦੇ ਲਈ ਸਪੈਸ਼ਲ ਤੁਸੀਂ 30 ਜਾਂ 45 ਮਿੰਟ ਕੱਢ ਕੇ ਰੱਖਿਓ ਬਾਕੀ ਮੈਥ ਤੇ ਰੀਜ਼ਨਿੰਗ ਜਿਹੜਾ ਹੈਗਾ ਉਹ ਤੁਹਾਡੇ ਕੋਲ ਜਿਹੜਾ ਹੈਗਾ ਬਹੁਤ ਵਧੀਆ ਸਮਾਂ ਹੋਣਾ ਚਾਹੀਦਾ ਜਿਸ ਦੇ ਵਿੱਚ ਤੁਸੀਂ ਸਭ ਸੋਲਵ ਕਰ ਸਕਦੇ ਹੋ ਲਗਭਗ ਮੇ ਅਕੋਰਡਿੰਗ ਤੁਸੀਂ 2 ਘੰਟੇ ਨੂੰ ਵਧੀਆ ਯੂਟਿਲਾਈਜ਼ ਕਰ ਸਕਦੇ ਹੋ ਜਿਵੇਂ ਕਿ ਦਿਮਾਗ ਐਕਟਿਵ ਰੱਖੋ ਤਾਂ ਠੀਕ ਹੈ ਜਿਵੇਂ ਤੁਸੀਂ ਡਲ ਦਿਮਾਗ ਨਾਲ ਨਿਓ ਤਾਂ ਜਾਂ ਫਿਰ ਕਹਿੰਦਾ ਪਵ ਸੋਚ-ਸੋਚ ਕੇ ਕਰਨਾਲਿਓ ਫਿਰ ਡੈਫੀਨਿਟਲੀ ਤੁਹਾਨੂੰ ਟਾਈਮ ਜ਼ਿਆਦਾ ਲੱਗੂਗਾ ਉਸ ਉਸ ਅਕੋਰਡਿੰਗ ਤੁਸੀਂ ਉਹ ਸਬਜੈਕਟਾਂ ਨੂੰ ਚੁਣਿਓ ਜਿਹੜੇ ਤੁਸੀ ਸੋਖੇ ਲੱਗਦੇ ਪਹਿਲਾਂ ਕਰਿਓ ਔਖੇ ਵਾਲੇ ਲਾਸਟ ਤੇ ਤੇ ਜਿਹੜੇ ਮੋਡਰੇਟ ਆ ਉਹ ਵਿਚਾਲੇ ਜੀ ਠੀਕ ਹੈ ਬਾਕੀ ਦੋਸਤੋ 50 ਕੁਸ਼ਲ ਜਿਹੜੇ ਕਰਨੇ ਉਹਨਾਂ ਦੇ ਲਈ ਐਕਸਟਰਾ ਸਮਾਂ ਮਿਲੂ 1 ਘੰਟੇ ਦਾ ਸੋ ਕਿਰਪਾ ਕਰਕੇ ਇਹ ਨਾ ਸੋਚਿਓ ਵੀ ਆ 2 ਘੰਟਿਆਂ ਵਿੱਚ ਹੀ ਪੰਜਾਬੀ ਦਾ ਪੇਪਰ ਦੇਣਾ ਹੈ ਅਗਲਾ ਜਿਹੜਾ ਕਵਾਲੀਫਾਈ ਏ ਹੈ ਸੋ ਇਸੇ ਕਰਕੇ ਤੁਹਾਨੂੰ ਪਹਿਲੇ 2 ਘੰਟਿਆਂ ਦੇ ਵਿੱਚ ਜਿਹੜਾ ਮੇਨ ਪੇਪਰ ਦੇਣਾ ਹੈ ਅਗਲੇ ਜਿਹੜੇ 1 ਘੰਟਾ ਹੋਊਗਾ ਉਸ ਦੇ ਵਿੱਚ ਤੁਹਾਡਾ ਪੰਜਾਬੀ ਦਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਸਾਰਾ ਕੁਝ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਵੋ ਉਸ ਦੇ ਅਕੋਰਡਿੰਗ ਪੇਪਰ ਦਾ ਲੈਵਲ ਤੁਸੀਂ ਹੱਲ ਕਰ ਸਕਦੇ ਹੋ ਬਾਕੀ ਕੰਪਿਊਟਰ ਦੇ ਜਿਹੜੇ ਕੁਐਸਚਨ ਹੈ ਉਹ ਪੰਜ ਕੁਐਸਚਨ ਹੁੰਦੇ ਉਹ ਜਦੋਂ ਮਰਜ਼ੀ ਕਰ ਲਈ ਉਹ ਤੁਹਾਡੇ ਤੇ ਡਿਪੈਂਡ ਹੈ ਪੰਜ ਕੁਐਸਚਨ ਦੇ ਤੁਹਾਡੇ ਸਿਰਫ ਤਿੰਨ ਆ ਮੈਂ ਕਹਿੰਦਾ 2 ਮਿੰਟ ਹੀ ਲੱਗਣੇ ਆ ਸੋਚਣ ਦੀ ਤਾਂ ਲੋੜ ਹੀ ਨਹੀਂ ਪੈਣੀ ਟਿਕ ਤੇ ਨੈਕਸਟ ਨੈਕਸਟ ਹੀ ਕਰਨਾ ਹੈ ਠੀਕ ਹੈ ਜੀ ਸੋ ਇਸੇ ਕਰਕੇ ਮੈਂ ਕਹਿ ਰਿਹਾ ਕੰਪਿਊਟਰ ਤੇ ਥੋੜਾ ਜਿਹਾ ਐਗਜ਼ਾਮ ਸੋਖਾ ਹੁੰਦਾ ਸੋ ਤੁਹਾਡੇ ਕੋਲ ਬਹੁਤ ਵਧੀਆ ਟਾਈਮ ਹੈਗਾ ਤੇ ਹੁਣ ਜੇ ਜੇਕਰ ਪੰਜਾਬ ਪੁਲਿਸ ਦੇ ਇਗਜ਼ਾਮ ਕੰਪਿਊਟਰਾਈਜ਼ ਹੋ ਰਹੇ ਆ ਤਾਂ ਤੁਹਾਡੇ ਕੋਲ ਇਸ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਪਹਿਲਾਂ ਹੁੰਦੇ ਸੀ ਜਿਹੜੇ ਆਫਲਾਈਨ ਹੁੰਦੇ ਆਫਲਾਈਨ ਦੇ ਕਰਕੇ ਤੁਹਾਨੂੰ ਪੇਜਾਂ ਤੇ ਫਰੋਲਣਾ ਪੈਂਦਾ ਸੀ ਕਿਹੜਾ ਕੁਸ਼ਣ ਕਿੱਥੇ ਕਿੱਥੇ ਹੈ ਨਹੀਂ ਹੈਨਾ ਸੋ ਇਸੇ ਕਰਕੇ ਤੁਹਾਨੂੰ ਹੁਣ ਵਧੀਆ ਟਾਈਮ ਮਿਲ ਰਿਹਾ ਪੇਪਰ 'ਚ ਬਦਲਾ ਹੋਣ ਦਾ ਇਹੀ ਵੱਡਾ ਕਾਰਨ ਹੈ ਵੀ ਤੁਹਾਨੂੰ ਇੱਕ ਮੌਕਾ ਮਿਲ ਰਿਹਾ ਸੋਖੇ ਤਰੀਕੇ ਨਾਲ ਸਾਰੇ ਪੇਪਰ ਨੂੰ ਹੱਲ ਕਰਨ ਦਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਦੋਸਤੋ ਵੀ ਤੁਸੀਂ ਆਪਣਾ ਜਿਹੜਾ ਜਿਹੜਾ ਤੁਸੀਂ ਅੰਦਰ ਬੈਠੇ ਹੋ ਡੈਕੋਰਮ ਬਣਾ ਕੇ ਰੱਖਿਓ ਕਿਸੇ ਫालतू 에ਰੇ ਕਿਨੇ ਨੂੰ ਬੁਲਾਣ ਦੀ ਲੋੜ ਨਹੀਂ ਜਿੰਨਾ ਜਿੱਕਰ ਪੇਪਰ ਕੰਪਲੀਟ ਨਹੀਂ ਹੋ ਜਾਂਦਾ ਆਲੇ ਦੁਆਲੇ ਨਾਲ ਥੋੜੀ ਜੀ ਗਾਣ ਤੋਂ ਪਰਦਾ ਜ਼ਰੂਰ ਕਰ ਲਿਓ ਵੀ ਕਈ ਵਾਰ ਕੋਈ ਪੁੱਛਣਾ ਪੈ ਸਕਦਾ ਵੀ ਤੁਸੀਂ ਜੇ ਕੋਈ ਇੱਕ ਅੱਧਾ ਕੁਸ਼ਨ ਨਹੀਂ ਆਂਦਾ ਕਿ ਬੇ ਦਿਮਾਗ ਚੋਂ ਸਕਿੱਪ ਹੋ ਜਾਂਦਾ ਤੁਸੀਂ ਪੁੱਛ ਸਕਦੇ ਹੋ ਬਟ ਹਾਂ ਬਹੁਤ ਹੀ ਚਲਾਕ ਵੀ ਇਹ ਨਾ ਪੁੱਛਣਾ ਠੀਕ ਹੈ ਐਦਾਂ ਨਹੀਂ ਵੀ ਤੁਸੀਂ ਸਿੱਧਾ ਹੀ ਮੂੰਹ ਲੱਗੇ ਰੋ ਇੱਕ ਇਸ਼ਾਰੇ ਨਾਲ ਬੰਦਾ ਇੱਕ ਦੂਜੇ ਨੂੰ ਗੱਲ ਕਰ ਸਕਦਾ ਉਸ ਤਰੀਕੇ ਨਾਲ ਜੇਕਰ ਤੁਸੀਂ ਕੈਮਰੇ ਦੀ ਨਿਗਰਾਨੀ ਤੇ ਟੀਚਰ ਦੀ ਨਿਗਰਾਨੀ ਹਟ ਨਹੀਂ ਆ ਸਕਦੇ ਉਸੇ ਉਸ ਦੇ ਅਕੋਰਡਿੰਗ ਤੁਸੀਂ ਪੁੱਛ ਸਕਦੇ ਹੋ ਬਾਕੀ ਦੋਸਤੋ ਰਿਸਕ ਤੁਹਾਡੇ ਹੱਥ ਹੀ ਹੈ ਮੈਂ ਤੁਹਾਨੂੰ ਕੋਈ ਸ਼ੋਭਾ ਉਹ ਨਹੀਂ ਦਊਂਗਾ ਵਡਾਵਾ ਨਹੀਂ ਦਊਂਗਾ ਵੀ ਸਾਰੇ ਕੁਐਸਚਨ ਪੁੱਛ ਕੇ ਕਰੋ ਇੱਕਦਿਨ ਨਾ ਕਈ ਵਾਰ ਹੋ ਜਾਂਦਾ ਬੱਚੇ ਦੇ ਅੱਗੇ ਦਿਮਾਗ ਸਕਿਪ ਹੋ ਜਾਂਦਾ ਹੈ ਤਾਂ ਉਦੋਂ ਤੁਸੀਂ ਰਿਸਕ ਲੈ ਸਕਦੇ ਹੋ ਆਪਣੇ ਬੇਸ ਤੇ ਬਾਕੀ ਮੈਂ ਤਾਂ ਇਹ ਇਹਦੇ ਲਈ ਬਿਲਕੁਲ ਨਾਲ ਨਹੀਂ ਆ ਤੁਹਾਡੇ ਤੇ ਬਾਕੀ ਉਮੀਦ ਕਰਨਾ ਤੁਸੀਂ ਮੇਰੀ ਇਹ ਗੱਲ ਸਮਝ ਗਏ ਹੋਵੋਗੇ ਇਹ ਚੀਜ਼ਾਂ ਦੱਸਣੀਆਂ ਮੇਰਾ ਤਾਂ ਜ਼ਰੂਰੀ ਸੀ ਬਾਕੀ ਦੋਸਤੋ ਜੀ ਆ ਆਨਲਾਈਨ ਦਾ ਜਿਹੜਾ ਵੱਡਾ ਬਦਲਾ ਤੁਹਾਨੂੰ ਜਿਹੜਾ ਵੇਖਣ ਨੂੰ ਮਿਲਿਆ ਹੈ ਤੁਹਾਡੀ ਹੈਲਪ ਲਈ ਹੈ ਜਿ ਕਿਉਂਕਿ ਜੇਕਰ ਤੁਸੀਂ ਆਨਲਾਈਨ ਪੇਪਰ ਦਿੰਨੇ ਹੋ ਤੁਹਾਡਾ ਟਾਈਮ ਬਹੁਤ ਬਚ ਜਾਂਦਾ ਠੀਕ ਹੈ ਜੀ ਸੋ ਇਸ ਟਾਈਮ ਦਾ ਯੂਟਿਲਾਈਜ਼ ਤੁਸੀਂ ਉਸ ਅਕੋਰਡਿੰਗ ਕਰੋ ਜਿਸ ਅਕੋਰਡਿੰਗ ਤੁਹਾਨੂੰ ਪੇਪਰ ਦਾ ਆਇਆ ਹੈ ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿਵੇਂ ਟਾਈਮਿੰਗ ਵੰਡੀ ਹੋਈ ਹੈ ਪੇਪਰ ਦੀ ਤੁਸੀਂ ਵਨ ਸਕਦੇ ਹੋ ਜਿਸ ਦਾ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀਡੀਓ ਵਿੱਚ ਪੂਰਾ ਪ੍ਰੋਪਰ ਉਸੇ ਤਰ੍ਹਾਂ ਕਰਕੇ ਆਪਣਾ ਪੇਪਰ ਵਧੀਆ ਕੁਆਲੀਫਾਈ ਕਰਕੇ ਫਿਜ਼ੀਕਲ ਡ੍ਰੈੱਲ ਲਈ ਤਿਆਰ ਤਿਆਰੀ ਕਰਨੀ ਸ਼ੁਰੂ ਕਰ ਦਿਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਤੇ ਧ